ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਦੇ ਜਿਨ੍ਹਾਂ ਦੇ ਕਮੈਂਟ ਆਏ, ਬਹੁਤ ਸੋਹਣੇ ਕਮੈਂਟ ਆਏ ਆ, ਮੈਨੂੰ ਬਹੁਤ ਚੰਗੇ ਲੱਗੇ। ਇੱਕ ਬਿਟੀਆ ਜਿਹਦਾ ਨਾਮ ਅਦਿਤੀ ਚੱਡਾ, ਉਹਨੇ ਐੱਗ ਕਰੀ ਦੀ ਡਿਮਾਂਡ ਕੀਤੀ ਆ, ਅੱਜ ਅਸੀਂ ਉਹਦੀ ਡਿਮਾਂਡ ਪੂਰੀ ਕਰਨ ਲੱਗੇ ਹਾਂ। ਦੇਖੋ, ਅਸੀਂ ਚਾਰ ਜਣਿਆਂ ਲਈ ਬਣਾ ਰਹੇ ਹਾਂ, ਚਾਰ ਜਣਿਆਂ ਲਈ ਅੱਠ ਐੱਗ ਬਹੁਤ ਹੁੰਦੇ ਆ। ਅਤੇ ਇਹ ਮੈਂ ਓਲਿਵ ਓਇਲ ਲਿਆ, ਓਇਲ ਆਪਣੀ ਪਸੰਦ ਦਾ ਜਿਹੜਾ ਵੀ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ। ਇਹ ਤੇਜ ਪੱਤਾ, ਇਹ ਧਨੀਆ, ਇਸ ਥੋੜ੍ਹੀ ਜਿਹੀ ਸੌਂਫ, ਅੱਧਾ ਚਮਚ ਸੌਂਫ ਦਾ, ਇਹ ਇੱਕ ਲਾਲ ਮਿਰਚ ਹੈ, ਇਹ ਦੋ ਚਮਚ ਜੀਰਾ ਲਿਆ, ਮੋਟੀ ਇਲਾਚੀ ਹੈ, ਇਹ ਦਾਲਚੀਨੀ ਹੈ, ਇਹਦੇ ਵਿੱਚ ਲਸਣ ਪਾਵਾਂਗੇ, ਇਹ ਅਦਰਕ, ਇਹ ਪਿਆਜ਼, ਇਹ ਟਮਾਟਰ, ਹਲ ਅਤੇ ਹਰੀਆਂ ਮਿਰਚਾਂ ਅਤੇ ਹਲਦੀ। ਲਓ ਸਟਾਰਟ ਕਰਦੇ ਹਾਂ ਆਪਾਂ ਹੁਣ। ਚਲੋ, ਇਹਦੇ ਵਿੱਚ ਅਸੀਂ ਦੋ ਚਮਚ ਤੇਲ ਦੇ ਪਾਲੇ, ਅਤੇ ਨਾਲ ਅਸੀਂ ਖੜ੍ਹਾ ਮਸਾਲਾ ਪਹਿਲਾਂ ਭੁੰਨਾਂਗੇ, ਫਿਰ ਅਸੀਂ ਬਣਾਵਾਂਗੇ। ਮਸਾਲਾ ਮੈਂ ਥੋੜ੍ਹਾ ਜਿਹਾ ਜ਼ਿਆਦਾ ਹੀ ਬਣਾ ਰਹੀ ਹਾਂ। ਇਹ ਧਨੀਆ, ਜੀਰਾ, ਸਾਰਾ ਸਾਰਾ ਕੁਛ ਇਹਦੇ ਅੰਦਰ ਗਿਆ, ਇਹਨੂੰ ਥੋੜ੍ਹਾ ਜਿਹਾ ਸੌਤੇ ਕਰਾਂਗੇ। ਇਹ ਲਸਣ ਅਤੇ ਅਦਰਕ ਪਾ ਦਿੰਦੇ ਹਾਂ, ਇਹ ਵੀ ਸਾਬਤ ਹੀ ਹੈ, ਹਲਕਾ ਜਿਹਾ ਇਹਨੂੰ ਸੌਤੇ ਕਰਾਂਗੇ। ਇਸ ਸਾਰੀਆਂ ਚੀਜ਼ਾਂ ਭੁੰਨ ਲਈਆਂ। ਆਂਡੇ ਉਬਾਲਣ ਵਿੱਚ ਅਸੀਂ ਨਾ ਅੱਧਾ ਚਮਚ ਨਮਕ ਦਾ ਪਾਤਾ ਸੀ, ਉਹਦੇ ਨਾਲ ਉਬਲਦੇ ਚੰਗੇ ਆ ਅਤੇ ਛਿੱਲੇ ਵੀ ਸੌਖੇ ਜਾਂਦੇ ਆ। ਇਹ ਹੋ ਗਏ ਆ ਦੇਖੋ, ਅਤੇ ਹੁਣ ਅਸੀਂ ਇਹਦੇ ਵਿੱਚ ਹਲਦੀ ਪਾ ਦਿੰਦੇ ਹਾਂ। ਇਹ ਇੱਕ ਚਮਚ ਹਲਦੀ ਪਾਈ ਆ ਕਿਉਂਕਿ ਮਸਾਲਾ ਜ਼ਿਆਦਾ ਬਣ ਰਿਹਾ, ਥੋੜ੍ਹਾ ਅਸੀਂ ਕੱਢ ਕੇ ਰੱਖ ਲਵਾਂਗੇ ਅਤੇ ਸਬਜ਼ੀ ਵਾਸਤੇ। ਹੁਣ ਅਸੀਂ ਟਮਾਟਰ ਪਿਆਜ਼ ਪਾ ਦਿੰਦੇ ਹਾਂ, ਇਹ ਵੀ ਰਫਲੀ ਕੱਟੇ ਹੋਏ ਆ। ਇਹਨਾਂ ਨੂੰ ਥੋੜ੍ਹਾ ਜਿਹਾ ਸੌਤੇ ਕਰਕੇ ਫਿਰ ਅਸੀਂ ਕਰਾਂਗੇ। ਹਲਕਾ ਜਿਹਾ ਨਮਕ ਪਾ ਦਿੰਦੇ ਹਾਂ, ਨਮਕ ਨਾਲ ਨਾ ਇਹ ਗਲ ਜਾਂਦੀ ਹੈ। ਹਲਕਾ ਜਿਹਾ ਨਮਕ ਪਾਤਾ, ਬਾਕੀ ਨਮਕ ਅਸੀਂ ਉੱਥੇ ਬਾਅਦ ਵਿੱਚ ਪਾਵਾਂਗੇ। ਪਿਆਜ਼ ਥੋੜ੍ਹੇ ਜਿਹੇ ਸੌਤੇ ਹੋ ਗਏ ਆ, ਨਰਮ ਹੋ ਗਏ, ਹੁਣ ਅਸੀਂ ਇਹਦੇ 'ਚ ਟਮਾਟਰ ਪਾ ਦਿੰਦੇ ਹਾਂ। ਟਮਾਟਰਾਂ ਤੋਂ ਬਾਅਦ ਹੁਣ ਅਸੀਂ ਇਹ 'ਚ ਨਾ ਹਲਕਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਰਿੱਝਣ ਲਈ ਛੱਡ ਦਾਂਗੇ ਅਤੇ ਇਹਨੂੰ ਢੱਕ ਦਿੰਦੇ ਹਾਂ। ਇਹਨੂੰ 5 ਮਿੰਟ ਲਈ ਢੱਕ ਦਿੰਦੇ ਹਾਂ, 5 ਮਿੰਟ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ। ਇਹ ਅਸੀਂ ਹੁਣ ਇਹਦੇ ਵਿੱਚ ਆ ਇੱਕ ਕੜਛੀ ਤੇਲ ਦੀ ਪਾਤੀ ਹੈ, ਓਲਿਵ ਓਇਲ, ਅਤੇ ਇਹ ਮਸਾਲਾ ਸਾਡਾ ਗਰਾਇੰਡ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਮਸਾਲਾ ਪਾਉਂਦੇ ਹਾਂ। ਮਸਾਲੇ ਨੂੰ ਨਾ ਥੋੜ੍ਹਾ ਰੋਸਟ ਕਰਾਂਗੇ ਅਤੇ ਅਸੀਂ ਇਹ 'ਚੋਂ ਨਾ ਕੱਢ ਕੇ ਰੱਖ ਲਵਾਂਗੇ, ਫਿਰ ਜ਼ਿਆਦਾ ਬਣਾਇਆ ਮੁੜ ਕੇ ਕੰਮ ਆ ਜਾਂਦਾ। ਇੱਕ ਵਾਰੀ ਇਸ ਤਰ੍ਹਾਂ ਬਣਾ ਲਓ ਅਤੇ ਜੇ ਜਿੰਨਾ ਬਣਾਓਗੇ ਉਨਾ ਤੁਹਾਨੂੰ ਫਾਇਦਾ, ਗਾਂ ਗਾਂ ਕੰਮ ਆਉਂਦਾ ਰਹਿੰਦਾ, ਜਿੰਨਾ ਲੋੜ ਹੋਇਆ ਉਨਾ ਕੱਢ ਲਿਆ। ਲਓ ਦੇਖੋ, ਮਸਾਲਾ ਰਿੱਝਣ ਲੱਗ ਗਿਆ। ਹੁਣ ਇਹਨੂੰ ਨਾ ਅਸੀਂ ਥੋੜ੍ਹਾ ਜਿਹਾ ਸੇਕ ਲਵਾਉਂਦੇ, 2 ਕੁ ਮਿੰਟ ਇਹਨੂੰ ਰਿੰਨ ਕੇ ਨਾ ਫਿਰ ਇਹ 'ਚੋਂ ਮਸਾਲਾ ਆਪਾਂ ਕੱਢ ਕੇ ਰੱਖ ਲਵਾਂਗੇ, ਅਗਲੀ ਸਬਜ਼ੀ 'ਚ ਕੰਮ ਆਵੇਗਾ। ਫਿਰ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਇਹ ਥੋੜ੍ਹਾ ਜਿਹਾ ਪੱਕ ਗਿਆ, ਜਾਂ ਮੀਡੀਅਮ ਹੀ ਰੱਖ ਲਓ ਕਿਉਂਕਿ ਇਹ ਛਿੱਟੇ ਨਹੀਂ ਬਾਹਰ ਪੈਣਗੇ। ਇਹ ਦੇਖੋ, ਐੱਗ ਅਸੀਂ ਛਿੱਲ ਕੇ ਰੱਖ ਲਏ ਅਤੇ ਹੁਣ ਅਸੀਂ ਜਦੋਂ ਪੂਰੀ ਤਿਆਰ ਹੋ ਗਈ ਗ੍ਰੇਵੀ, ਇਹ ਹੁਣ ਅਸੀਂ ਬਾਅਦ ਵਿੱਚ ਪਾਉਣੇ ਵਿੱਚ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ, ਦੇਖੋ ਮਸਾਲਾ ਤੇਲ ਅਲੱਗ ਹੋ ਗਿਆ ਅਤੇ ਹੁਣ ਇਹ ਸਾਡਾ ਪਰਫੈਕਟ ਭੁੱਜ ਗਿਆ। ਹੁਣ ਅਸੀਂ ਨਾ ਇਹਦੇ ਵਿੱਚੋਂ ਥੋੜ੍ਹਾ ਜਿਹਾ ਕੱਢ ਲਾਂਗੇ, ਅਸੀਂ ਜ਼ਿਆਦਾ ਬਣਾਇਆ ਸੀ, ਇਹ ਮਸਾਲਾ ਮੁੜ ਕੇ ਸਬਜ਼ੀ ਦੇ ਕੰਮ ਆ ਜੂਗਾ ਅਤੇ ਸਾਨੂੰ ਇੰਨਾ ਹੀ ਚਾਹੀਦਾ। ਇੰਨਾ ਅਸੀਂ ਬਹੁਤ ਵੱਡੇ 2 ਪਿਆਜ਼ ਲੈ ਕੇ ਮਸਾਲਾ ਬਣਾਇਆ ਸੀ, ਟਮਾਟਰ ਵੀ ਜ਼ਿਆਦਾ ਪਾਏ ਸੀ। ਹੁਣ ਅਸੀਂ ਇਹ ਆਪਣੀ ਸਬਜ਼ੀ ਦੇ ਹਿਸਾਬ ਨਾਲ ਇਹ 'ਚ ਲੂਣ ਮਿਰਚ ਪਾਵਾਂਗੇ। ਇਹ ਕਸ਼ਮੀਰੀ ਮਿਰਚ ਹੈ ਅਤੇ ਚੌਥਾ ਚਮਚ ਛੋਟੇ ਚਮਚ ਦਾ ਚੌਥਾ ਹਿੱਸਾ
लाल कौड़ी मिर्च, कश्मीरी मिर्च ना थोड़ा रंग सोहना होगा, एक गरम मसाला तो एक किचन किंग का अद्धा अद्धा चम्मच असी दोवां दा ही पाना इन्ने आंडियां विच। ये अंडे एग करी बहुत स्वाद बनूगी, मेरे तरह बना के देखो। ये कालियां मिर्चां ते ये पिंक साल्ट, ये भी गया देखो। हुण असी नाल थोड़ी जी हिंग पावांगे, चुटकी क बस हिंग पाती, इन्हां थोड़ा जहा हिला के बाकी सारियां चीज़ां तो बिच पाईआं। हुण असी इहदी ग्रेवी बनावांगे, जिन्नी सानू पतली चाहिए है कि गाढ़ी चाहिए है। मिक्सी वाले पानी असी थोड़ा बिच पा दें, थोड़ा जहा होर पावांगे, फिर असी ना इनू पानी जो पक गया ना उदों असी तुहानू दिखाउने आ। परफेक्ट बन गई आ, साइडां ते घिओ भी छड़ता तेल। हुण असी इहदे विच एग पा दिंदे आ, थोड़े डिप नहीं करते, कॉलेज प्लेट तो सर्विंग की उदो साढ़े हो जाने। हुण असी अग बिल्कुल मीडियम करती है। हुण असी क्रैश करके मेथी, थोड़ी जी मेथी पा दें, धनिया पा दें। एक करी परफेक्ट तैयार है। हुण तुहानू असी प्लेटिंग पा के दिखाने, तो खुआ के स्वाद दिखाऊंगी। गैस ऑफ करता। लो जी हुण असी प्लेटिंग कर रहे हैं। मेरे हसबेंड तुहानू स्वाद चक के दिखाउणगे की स्वाद है, पर खुशबू मैनू तो बहुत सोहनी आती पई है, इन्नी सोहनी खुशबू आती पई है, बस की कहना। हुण असी इहनू उत्ते कर दिंदे, धनिया पा दिंदे। देखो असी हुण प्लेटिंग करती है, एग असी उदों कट्टने जो प्लेट विच खाण वास्ते पाउणे आ। उन्ना चिर एग नूं इस तरह ही पा के ढक के रख दिओ, जो खाण वाला आवे उदों प्लेट इस तरह एग कट के उहनूं सर्विंग कर दिओ। खुशबू तो बहुत सोहनी बनी है, खा के देखदे हां टेस्ट करके कहो जिहा देसी स्वाद आ। वाह देसी स्वाद, साडा यूट्यूब चैनल देसी स्वाद टेस्ट करो। ਤੁਹਾਡਾ ਸਾਰਿਆਂ ਦਾ ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਚੈਨਲ ਨੂੰ ਕਮੈਂਟ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ।